ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਸੋ। ਅੱਜ ਮੈਂ ਗੇਟ ਲਾਉਣ ਲੱਗਿਆ 5 ਮਰਲੇ ਪਲਾਟ ਦਾ, 5 ਮਰਲੇ ਘਰ ਆ, 5 ਮਰਲੇ ਦਾ ਗੇਟ ਲਾਉਣ ਲੱਗਿਆ ਮੈਂ। ਸਾਡੇ ਕੋਲ ਗੇਟ ਹੈਗਾ 9 ਫੁੱਟ, ਅੰਦਰ ਅੰਦਰ ਛੱਡਿਆ ਅਸੀਂ 9 ਫੁੱਟ, ਪੂਰਾ 9 ਫੁੱਟ ਅਸੀਂ ਗੇਟ ਲਾਉਣਾ ਬਾਹਰਲੀ ਸਾਈਡ 'ਤੇ, ਮਤਲਬ ਕਿ ਬਾਹਰ ਖੁੱਲ੍ਹੇਗਾ। ਅਸੀਂ ਗੇਟ ਬਣਵਾਇਆ 9 ਫੁੱਟ ਅਤੇ 2 ਇੰਚ, ਇੰਚੀ ਜਿਹੜਾ ਆ ਜਾਵੇਗਾ ਜਦੋਂ ਪਲਸਤਰ ਹੋਵੇਗਾ, ਉਦੋਂ 1.5 ਇੰਚ ਆਪੇ ਜਿਹੜਾ ਹੋ ਜਾਵੇਗਾ ਪਲਸਤਰ ਦੇ ਟਾਈਮ 'ਤੇ। ਅਤੇ ਇਹ ਸਾਡੇ ਕੋਲ ਗੇਟ ਹੈਗਾ, ਗੇਟ ਇੱਥੇ ਬਾਹਰ ਲਾਉਣ ਲੱਗਿਆ ਜੀ ਅਸੀਂ। ਸਭ ਤੋਂ ਪਹਿਲੇ ਅਸੀਂ ਜਨਾਬ ਜੀ ਇਹਦਾ ਲੈਵਲ ਕੀਤਾ ਥੱਲੇ ਡੀ ਪੀ ਸੀ ਦੇ ਬਰਾਬਰ। ਇਹ ਸਾਡਾ ਡੀ ਪੀ ਸੀ ਵਾਲਾ, ਇਹ ਡੀ ਪੀ ਸੀ 18 ਇੰਚ ਦਾ ਕੋਲਮ ਹੈ, ਪਿਲਰ 18 ਇੰਚ ਦਾ ਪਿਲਰ ਦੋਵੇਂ, ਇਹ ਵੀ 18 ਹੋ ਗਈ 18 ਮੁਰੱਬੇ। ਹੁਣ ਲੱਗੇ ਜਨਾਬ ਜੀ 9 ਇੰਚ ਸਾਡੀ ਡੀ ਪੀ ਸੀ ਆ ਜਾ ਰਹੀ ਹੈ, ਜਿਹੜੀ ਮਤਲਬ ਕਿ ਆ ਸਾਰੀ ਡਿਜ਼ਾਇਨਿੰਗ ਵਾਲੀ ਦੀਵਾਰ ਜਾ ਰਹੀ ਹੈ। ਕਹਿੰਦੇ ਜਨਾਬ ਜੀ ਜਿਹੜਾ ਡੀ ਪੀ ਸੀ ਹੈ ਸਾਡਾ, ਇਸ ਫਰਜ ਦਾ ਗਰਾਜ ਦਾ ਮਤਲਬ ਕਿ ਲੈਵਲ, ਜਿੱਥੇ ਗਰਾਜ ਦਾ ਫਰਜ ਹੋਵੇਗਾ, ਗਰਾਜ ਦੇ ਜੇ ਡੀ ਪੀ ਸੀ ਆਉਂਦੇ ਤਾਂ 3 ਇੰਚ ਚੁੱਕ ਕੇ ਗੇਟ ਲਾਉਣ ਲੱਗੇ ਜੀ। ਅਸੂਲਨ ਤਰੀਕਾ ਇਹੀ ਹੁੰਦਾ, ਗੇਟ ਨੂੰ 3 ਇੰਚ ਚੁੱਕ ਕੇ ਲਾਓਗੇ, 3 ਇੰਚ ਚੁੱਕ ਕੇ ਲਾਵਾਂਗੇ ਤਾਂ ਕਿ ਫਿਰ ਮਜ਼ੀਦ ਜਦੋਂ ਗੇਟ ਅਸੀਂ ਬਾਹਰ ਖੋਲ੍ਹਣਾ, ਅੰਦਰ ਜਨਾਬ ਜੀ ਅਗਰ 1 ਇੰਚ ਦੀ ਬਰਾਬਰ ਵੀ ਆ ਜਾਵੇ, ਅੰਦਰ ਗੇਟ ਦੇ ਥੱਲੇ ਵਾਲੇ ਤਲੇ ਦੇ ਬਰਾਬਰ ਵੀ ਆ ਜਾਵੇ ਤਾਂ ਕੋਈ ਅੱਜ ਨਹੀਂ, ਬਹੁਤ ਖੂਬਸੂਰਤ ਲੱਗੇਗਾ। ਅਗਰ 1/2 ਇੰਚ ਦੀ ਟੱਕ ਵੀ ਬਣ ਜਾਵੇ ਅਤੇ ਉੱਤੇ ਚੱਕਿਆ ਹੋ ਜਾਵੇ, ਚੁੱਕ ਕੇ ਰੱਖੀ ਜਾਵੇ, ਤਾਂ ਫਿਰ ਵੀ ਕੋਈ ਅੱਜ ਨਹੀਂ, ਉਹ ਵੀ ਅੱਛਾ ਲੱਗੇਗਾ, ਤਾਂ ਕਿ ਕੋਈ ਚੀਜ਼ ਥੱਲੂ ਅੰਦਰ ਨਾ ਜਾ ਸਕੇ, ਕੋਈ ਕੀੜਾ ਮਤਲਬ ਕਿ। ਦੋਸਤੋ, ਗੇਟ ਲਾਉਣ ਦਾ ਬੜਾ ਹੀ ਆਸਾਨ ਤਰੀਕਾ ਇਹ ਹੈ, ਆ ਬਾਅਦ ਅਕਸਰ ਲੋਕ ਮਿਸਤਰੀ ਵਗੈਰਾ ਸਾਹਿਬ ਐਸੇ ਇੰਝ ਕਰਦੇ ਨੇ ਕਿ ਜਨਾਬ ਜੀ ਗੇਟ ਨੂੰ ਪਹਿਲੇ ਖੜਾ ਕੀਤਾ, ਲਿਆ ਕੇ ਚਾਂ 'ਤੇ ਬੜਾ ਵਜਨੀ ਗੇਟ ਹੁੰਦਾ, ਉਹਨੂੰ ਲਿਆ ਕੇ ਜਿੱਥੇ ਲਾਵਣਾ ਹੁੰਦਾ ਉੱਥੇ ਲਿਆ ਕੇ ਖੜਾ ਕਰਦੇ ਨੇ, ਖੜਾ ਕਰਨ ਤੋਂ ਬਾਅਦ ਫਿਰ ਬੈਰਿਆਂ ਦੇ ਨਿਸ਼ਾਨ ਦਿੰਦੇ ਨੇ, ਤੋਂ ਫਿਰ ਬੈਰੇ 'ਤੇ ਨਿਸ਼ਾਨ ਲਾਵਣ ਤੋਂ ਬਾਅਦ ਫਿਰ ਗੇਟ ਨੂੰ ਚੁੱਕਿਆ ਜਾਂਦਾ, ਸਾਈਡ 'ਤੇ ਰੱਖਿਆ ਜਾਂਦਾ, ਉਹ ਵਾਰ ਵਾਰ ਵਕਤ ਹੁੰਦਾ। ਵਕਤ ਕਰਨ ਨਾਲੋਂ ਬਿਹਤਰ ਹੈ ਕਿ ਤੁਸੀਂ ਜਦੋਂ ਲੈਵਲ ਕੀਤਾ ਨਾ, ਇਹ ਡੀ ਪੀ ਸੀ 'ਤੇ ਉੱਤੇ 3 ਇੰਚ ਚੁੱਕਣਾ, 6 ਇੰਚ ਚੁੱਕਣਾ, 4 ਇੰਚ ਚੁੱਕਣਾ, ਜਿੰਨਾ ਮਰਜ਼ੀ ਚੁੱਕਣਾ, ਚੁੱਕਣ ਤੋਂ ਬਾਅਦ ਉੱਥੋਂ ਉਸ ਲੈਵਲ ਤੋਂ ਉੱਤੇ ਜਨਾਬ ਜੀ ਬੈਰਾਂ ਦੇ ਵੀ ਫਰਮਾਇਸ਼ ਕੀਤੀ ਜਾਵੇ ਇਸ ਤਰੀਕੇ, ਜਿਸ ਤਰੀਕੇ ਤੁਹਾਨੂੰ ਮੈਂ ਦੱਸ ਦਿੰਦਾ। ਇਹ ਪਹਿਲਾ ਬੈਰਾ ਹੈ, ਇਹ ਜਨਾਬ ਜੀ 1 ਫੁੱਟ ਦੇ ਥੱਲੇ ਵਾਲੀ ਕੰਨੀ, ਮੈਨੂੰ ਥੱਲੇ ਵਾਲੇ ਇਸ ਬੈਰੇ ਦੇ ਥੱਲੇ ਵਾਲਾ ਹਿੱਸਾ, ਇੱਥੋਂ 1 ਫੁੱਟ ਹੈ, ਉੱਧਰ ਵੀ ਤੁਸੀਂ 1 ਫੁੱਟ ਮਿਲਣਾ, ਇੱਧਰੋਂ ਆਹ ਸਾਡਾ ਫੁੱਟ ਹੈ, ਥੱਲੋਂ ਵੀ ਇਹਦਾ ਤਕਰੀਬਨ ਕੁਝ 1 ਇੰਚ ਦਾ ਗੈਪ ਥੱਲੇ ਵੀ ਹੈਗਾ, ਤਾਂ ਉੱਤੇ ਵੀ ਖੁੱਲ੍ਹਾ ਗੈਪ ਹੈ, ਇੱਥੋਂ ਆਸਾਨੀ ਨਾਲ ਤੁਸੀਂ ਬੈਰੇ ਮਿਹਨਤ ਅਤੇ ਤੁਸੀਂ ਖੁੱਡੇ ਮਾਰ ਸਕਦੇ ਹੋ ਬੜੇ ਈਜ਼ੀ ਆਸਾਨ ਤਰੀਕੇ ਨਾਲ। ਇਸ ਤਰੀਕੇ 4 ਕੋਨੇ ਜਿਹੜੇ ਹਨ ਨਾ, ਫਰਮਾਇਸ਼ ਦੇ ਮੁਤਾਬਕ ਗੇਟ ਸਾਡਾ ਉੱਥੇ ਹੀ ਪਿਆ, ਅਸੀਂ ਨਹੀਂ ਉਹਨੂੰ ਚੁੱਕਿਆ, ਉੱਥੋਂ ਫਰਮਾਇਸ਼ ਕਰਕੇ ਅਤੇ ਅਸੀਂ ਆ ਬੈਰੇ ਇਹਨਾਂ ਦੇ ਮੁਤਾਬਕ ਬੈਰਿਆਂ ਦੇ ਨਿਸ਼ਾਨ ਦੇ ਦਿੱਤੇ ਨੇ, ਇਹ ਵੇਖ ਲਓ। ਹੁਣ ਸਾਡੇ ਬੈਰੇ ਨਿਕਲ ਗਏ ਨੇ, ਖੁੱਡੇ ਨਿਕਲ ਗਏ ਨੇ, ਹੁਣ ਇਹਦਾ ਮਤਲਬ ਕਿ ਅਸੀਂ ਗੇਟ ਚੁੱਕ ਕੇ ਰੱਖਾਂਗੇ ਤਾਂ ਬੜੀ ਆਸਾਨੀ ਹੋ ਜਾਵੇਗੀ, ਈਜ਼ੀ ਅਸੀਂ ਇਹਨੂੰ ਇੱਥੇ ਖੜਾ ਕਰਕੇ ਅਤੇ ਇਹਨੂੰ ਫਿਕਸ ਕਰ ਦਿਆਂਗੇ। ਲਓ ਦੋਸਤੋ, ਸਾਡਾ ਇਹ ਗੇਟ ਖੜਾ ਹੋ ਗਿਆ ਬੜੇ ਆਸਾਨ ਤਰੀਕੇ ਨਾਲ, ਜਿਸ ਤਰੀਕੇ ਤੁਹਾਨੂੰ ਮੈਂ ਕਿਹਾ ਸੀ ਨਾ ਕਿ ਇਸ ਤਰੀਕੇ ਥੱਲੇ ਗੇਟ ਨੂੰ ਜਿੱਥੇ ਬਾਹਰ ਸਾਈਡ 'ਤੇ ਰੱਖ ਕੇ ਉਹਦੇ ਜਨਾਬ ਜੀ ਉੱਥੋਂ ਬੈਰਾਂ 'ਚ ਮੈਸ਼ ਕਰਨੀ, ਮੈਸ਼ ਕਰਨ ਤੋਂ ਬਾਅਦ ਫਿਰ ਆੜ 'ਤੇ ਗੇਟ ਨੂੰ ਜਦੋਂ
ਬੈਰ ਖੁੱਡੇ ਵੱਧ ਜਾਵੇ, ਵੱਧ ਜਾਂਦੇ ਨਾ, ਫਿਰ ਉਸ ਤੋਂ ਬਾਅਦ ਛਿਣ ਤੋੜਨਾ, ਜਦੋਂ ਖੁੱਡੇਗਾ ਆਪਾਂ ਕੱਢ ਲੈਣੇ ਪਿੱਲਰਾਂ ਦੇ ਨਾਲੋਂ, ਕੱਢ ਕੇ ਫਿਰ ਉਸ ਤੋਂ ਬਾਅਦ ਜਦੋਂ ਗੇੜ ਖੜਾ ਕਰਨਾ ਬੜੇ ਈਜ਼ੀ ਤਰੀਕੇ ਨਾਲ ਜਨਾਬ ਜੀ, ਗੇੜ ਦੇ ਵਿੱਚ ਫਿਟਿੰਗ ਹੋ ਜਾਂਦੀ ਹੈ ਇਹਦੀ ਜਨਾਬ ਜੀ। ਜਦੋਂ ਸਾਲ ਕਰਨੀ ਹੈ, ਸਾਲ ਦਾ ਤੁਹਾਨੂੰ ਤਰੀਕਾ ਦੱਸ ਦਿੰਦਾ ਜਨਾਬ ਜੀ, ਸਾਲ ਤੁਸੀਂ ਕਰਨੀ ਹੈ ਇਹਨਾਂ ਕਨੀਆਂ ਤੋਂ। ਅਗਰ ਡਬਲ ਪੱਲਾ ਹੈ ਨਾ, ਇੱਕ ਮਿੰਟ ਮੈਂ ਤੁਹਾਨੂੰ, ਅਗਰ ਜਨਾਬ ਆਪਣੇ ਕੋਲ ਡਬਲ ਪੱਲੇ ਨੇ, ਦੋ ਪੱਲੇ ਮਤਲਬ ਕਿ ਦੋ ਪੱਲੇ ਹਨ ਨਾ, ਅਤੇ ਉਹਨਾਂ ਦੇ ਵਿੱਚ ਵੱਡਾ ਜਿਹੜਾ ਅਰਲ ਵਾਲਾ ਕੁੰਡਾ, ਵੱਡਾ ਗੇਟ, ਵੱਡੇ ਗੇਟ ਦਾ ਕੁੰਡਾ ਲਾ ਦੇਣਾ। ਕੁੰਡਾ ਲਾ ਕੇ ਉਸ ਤੋਂ ਬਾਅਦ ਫਿਰ ਦੋਵਾਂ ਸਾਈਡਾਂ ਦੇ ਸਾਲ ਕਰਨੀ ਹੈ ਸਾਈਡ ਤੋਂ। ਇਹ ਦੇਖੋ ਇਸ ਤਰੀਕੇ, ਦੇਖ ਰਹੇ ਹੋ ਇਹ ਬਿਲਕੁਲ ਸਾਲ ਹੋ ਗਈ, ਬਿਲਕੁਲ ਸਾਲ ਕਰਨੀ ਹੈ ਇੰਝ ਹੀ, ਉਧਰਲੀ ਸਾਈਡ ਤੋਂ ਵੀ ਸਾਲ ਕਰਨੀ ਹੈ। ਇਹ ਸਾਲ ਆਪਣੀ ਉਦੋਂ ਹੀ ਠੀਕ ਹੋਵੇਗੀ ਜਦੋਂ ਇਸ ਚੀਜ਼ ਦੇ ਵਿੱਚੋਂ ਇੱਥੋਂ ਇਹ ਜਿਹੜਾ ਹੁੰਦਾ ਨਾ ਲਾਟੂ, ਇਹ ਚੀਜ਼ ਇਹਨੂੰ ਇਹ ਕੈਂਡਾ ਆਉਂਦਾ, ਨਾਲ ਕੈਂਡਾ ਜਿਹੜਾ ਛੋਟਾ ਹੁੰਦਾ ਨਾ, ਨਾਲ ਇਹ ਕੈਂਡਾ ਹੁੰਦਾ, ਇਹ ਕੈਂਡੇ ਨੂੰ ਉੱਤੋਂ ਬਿਲਕੁਲ ਜਿੱਥੇ ਚੁਗਾਠ ਨਾਲ ਕਰਨੀ ਹੈ, ਦਰਵਾਜ਼ੇ ਨਾਲ ਕਰਨੀ, ਜੋ ਚੀਜ਼ ਨਾਲ ਵੀ ਕਰਨੀ ਸਾਲ, ਇਹ ਕੈਂਡਾ ਸਾਲ ਦਾ ਇਹ ਕੈਂਡਾ, ਇਹ ਕੈਂਡਾ ਜਨਾਬ ਜੀ ਇੱਟ ਨਾਲ ਕਰਨੀ ਹੋਵੇ ਤਾਂ, ਚੁਗਾਠ ਨਾਲ ਕਰਨੀ ਹੈ ਤਾਂ, ਦਰਵਾਜ਼ੇ ਨਾਲ ਵੀ ਕਰਨੀ ਹੋਵੇ, ਜਿਹਦੇ ਨਾਲ ਵੀ ਸਾਲ ਕਰਨੀ ਹੈ, ਇਹ ਕੈਂਡਾ ਉਹਦੇ ਨਾਲ ਉੱਤੇ ਬਿਲਕੁਲ ਜੰਮਿਆ ਹੋਵੇ। ਜਮ੍ਹਾਂ ਤੋਂ ਬਾਅਦ ਫਿਰ ਦੇਖਣਾ ਜਨਾਬ ਜੀ, ਇਹ ਜਿਹੜਾ ਲਾਟੂ ਹੈ ਸਾਡਾ ਪਹਿਲਾ, ਇਹ ਜਿਹੜੀ ਚੀਜ਼ ਨਾਲ ਵੀ ਸਾਲ ਕਰ ਰਿਹਾ ਨਾ, ਉਹਦੇ ਨਾਲ ਐਵੇਂ ਹਵਾ ਬਰਸ ਖਲਾ ਹੋਣਾ ਚਾਹੀਦਾ, ਐਵੇਂ ਹਵਾ ਬਰ, ਫਿਰ ਸਾਡੀ ਇਹ ਸਾਲ ਫਿੱਟ ਹੈਗੀ ਹੈ। ਇਹ ਸਾਈਡ ਤੋਂ ਕਰਨੀ ਹੈ, ਉਹ ਸਾਈਡ ਤੋਂ ਕਰਨੀ ਹੈ, ਮੱਥੇ ਹੋ ਗਿਆ, ਫਿਰ ਆੜ 'ਤੇ ਇਹ ਸਾਹਮਣੇ ਚੈੱਕ ਕਰਨੀ ਹੈ ਟੱਕਰ ਵਾਲੀ, ਇਹ ਸਾਹਮਣੇ ਵਾਲੇ ਹਿੱਸਾ, ਇਹ ਦੇਖੋ ਇਹ ਤੋਂ ਸਾਲ ਕਰਨੀ ਹੈ ਜਨਾਬ, ਚੈੱਕ ਕਰ ਸਕਦੇ ਹੋ, ਠੀਕ ਹੈ, ਇੱਦੋਂ ਵੀ ਸਵਾਲ ਕਰਨੀ ਹੈ, ਐਵੇਂ ਹੀ ਉਸ ਸਾਈਡ ਤੋਂ ਵੀ ਕਰਨੀ ਹੈ ਉੱਥੋਂ, ਫਿਰ ਇਹਨੇ ਜਨਾਬ ਜੀ ਤੁਸੀਂ ਇੱਕ ਹੋਰ ਕਰਨਾ, ਅੱਗੇ ਆਓ ਕੈਮਰਾਮੈਨ ਸਾਹਿਬ, ਅੱਗੇ ਆਓ, ਜਿੰਨਾ ਵਿੱਚੋਂ ਤੁਸੀਂ ਖਲਾ ਦੇਣਾ ਹੈ, ਕਿਉਂਕਿ ਹਾਲੀ ਪਿੱਲਰ ਪਲਸਤਰ ਵੀ ਹੋਣੇ ਨੇ, ਠੀਕ ਹੈ, ਪਲਸਤਰ ਹੋਣੇ ਨੇ, ਅਗਰ ਤੁਸੀਂ ਜਨਾਬ ਜੀ ਟੈਲ ਲਾਵਣੀ ਹੈ ਬਾਹਰ ਪਿੱਲਰ ਦੇ, ਫਿਰ ਇਹਦੇ ਵਿੱਚ ਜਨਾਬ ਜੀ ਤੁਸੀਂ 25 ਇੰਚੀ ਦਾ ਤੁਸੀਂ ਗੈਪ ਰੱਖ ਸਕਦੇ ਹੋ ਇਹ ਪਿੱਲਰ ਦੇ ਨਾਲ, ਠੀਕ ਹੈ, ਮਤਲਬ ਕਿ ਇਹ ਹੁੱਕਾਂ ਬਾਹਰ ਆਉਣ। ਅਗਰ ਟੈਲ ਨਹੀਂ ਲਾਵਣੀ ਤਾਂ ਫਿਰ ਇਹਦੇ ਜਨਾਬ ਜੀ ਤਕਰੀਬਨ ਅੱਧੀ 1.25 ਇੰਚ ਦਾ ਜਨਾਬ ਜੀ ਤੁਸੀਂ ਵਿੱਚ ਇਹ ਫੱਟੀ ਜਿਹੜੀ ਆਪਣੀ ਸ਼ਟਰਿੰਗ ਵਾਲਿਆਂ ਦੀ ਹੁੰਦੀ ਫੱਟੀ, ਉਹਦਾ ਗੱਟਾ ਜਿਹਾ ਥੋੜ੍ਹਾ ਜਿਹਾ ਬਣਾ ਲੈਣਾ, ਜਿਸ ਤਰੀਕਾ ਲੱਗਿਆ ਉਹ ਪਹਿਲੇ ਇੱਕ ਇੱਕ ਕਿਲ ਠੋਕ ਦੇਣਾ, ਇੱਕ ਉੱਤੇ ਗੱਟਾ ਲਾ ਦੇਣਾ, ਇੱਕ ਥੱਲੇ ਲਾ ਦੇਣਾ ਗੱਟਾ ਜਿਹਾ ਲੱਕੜ ਦਾ ਟੋਟਕਾ ਜਿਹਾ, ਉਹ ਲਾ ਕੇ ਕਿਲ ਠੋਕ ਦੇਣਾ, ਫਿਰ ਨਾਲ ਦਰਵਾਜ਼ਾ ਜਦੋਂ ਖੜਾ ਕਰਾਂਗੇ ਬਿਲਕੁਲ ਨਾ ਆਪਾਂ ਨੂੰ ਕੋਈ ਪਰੇਸ਼ਾਨ ਕਰੇਗਾ ਵੀ ਗੇਟ ਅੰਦਰ ਜਾ ਰਿਹਾ ਪਿੱਛੇ ਜਾ ਰਿਹਾ, ਇੰਨੀਆਂ ਸਪੋਰਟਾਂ ਲਾਉਣ ਦੀ ਜ਼ਰੂਰਤ ਕੋਈ ਹੁੰਦੀ, ਇਹ ਸਿਰਫ ਆਹ ਖਾਲੀ, ਇਹ ਵੀ ਸਾਡੀਆਂ ਆਜ਼ਾਦ ਹੀ ਖੜੀਆਂ ਸਪੋਰਟਾਂ, ਇਹ ਭਾਵੇਂ ਅਸੀਂ ਆਲੀ ਜਨਾਬ ਸਾਡਾ ਪਿੱਲਰ ਜਿਹੜਾ ਨਾ, ਆਹ ਪਿੱਲਰ ਸਾਰੇ ਇਹਨਾਂ ਦੇ ਗੇਟ ਵਾਲਿਆਂ ਦੇ ਇਹ ਭਰਨ ਵਾਲੇ ਨੇ, ਮਾਲ ਸਾਡਾ ਆਲੀ ਬਣਿਆ ਪਿਆ, ਇਹ ਭਰਾਂਗੇ ਤਾਂ ਫਿੱਟ ਹੋਵੇਗਾ। ਅਗਰ ਤੁਸੀਂ ਇਹ ਜਿਸਲੇ ਅਗਰ ਆਹ ਗੱਟੀਆਂ ਤੁਸੀਂ ਲਾ ਲਓਗੇ ਨਾ, ਇਹ ਗੱਟੀਆਂ ਇਹ ਲੱਗ ਗਈਆਂ ਪਹਿਲੇ ਲਾਉਣ ਤੋਂ ਬਾਅਦ,
ਜਦੋਂ ਗੇਟ ਖੜਾ ਕਰੋਗੇ ਫਿਰ ਇਹਨੂੰ ਇੰਨੀਆਂ ਸਪੋਰਟਾਂ ਦੇਣ ਦੀ ਵੀ ਲੋੜ ਨਹੀਂ ਹੈ ਕਿ ਇੱਕ ਗੇਟ ਸਾਡਾ ਅੰਦਰ ਜਾ ਰਿਹਾ ਜਾਂ ਬਾਹਰ ਜਾ ਰਿਹਾ, ਇੱਧਰੋਂ ਇਹ ਸਪੋਰਟ ਲਾਓ, ਇੱਧਰ ਸਪੋਰਟ ਲਾਓ, ਬੜੇ ਆਸਾਨ ਤਰੀਕੇ। ਆਹ ਵੇਖੋ ਮੈਂ ਸਪੋਰਟਾਂ ਲੱਗੀਆਂ ਲਾ ਦਿੱਤੀਆਂ ਨੇ, ਗੇਟ ਵਾਲੀ ਸਾਡਾ ਉਵੇਂ ਖੜਾ ਭਰਨ ਵਾਲਾ, ਠੀਕ ਹੈ। ਬੇਸ਼ੱਕ ਦਿਨ ਤੁਸੀਂ ਸਾਰੀਆਂ ਹੀ ਲਾ ਦਿਓ, ਗੇਟ ਨੂੰ ਕੋਈ ਫਰਕ ਨਹੀਂ ਪਵੇਗਾ, ਠੀਕ ਹੈ। ਇਸ ਤਰੀਕੇ ਤੁਸੀਂ ਕੰਮ ਜਨਾਬ ਜੀ ਪੱਕਾ ਤਸੱਲੀ ਨਾਲ ਕਰ ਸਕਦੇ ਹੋ। ਹੁਣ ਅਸੀਂ ਇਹ ਮਾਲ ਸਾਡਾ ਬਣਿਆ ਪਿਆ, ਇਹ ਅਸੀਂ ਪਿੱਲਰ ਬਣਾਉਣੇ, ਠੀਕ ਹੈ। ਇਹਦੇ ਵਿੱਚ ਸਰੀਏ ਤੁਸੀਂ 2 ਪਾ ਲਓ, 3 ਪਾ ਲਓ, ਜਿੰਨੇ ਤੁਹਾਡਾ ਦਿਲ ਚਾਹੇ ਵਧਾਈ ਜਾ ਸੋ। ਐਵੇਂ ਲੋਕ ਕਹਿੰਦੇ ਨੇ ਜਨਾਬ ਜੀ ਜਿੰਨਾ ਸਰੀਆ ਪਾਸ ਹੈ ਉਹਨਾਂ ਕੰਮ ਮਜ਼ਬੂਤ, ਅਸੀਂ ਉਹਦੇ ਨਾਲ ਮਜ਼ਬੂਤ ਨਹੀਂ ਹੁੰਦਾ, ਮਜ਼ਬੂਤ ਹੁੰਦਾ ਕੰਮ ਆ ਤੇਜ਼ ਸੀਮੈਂਟ ਬਣਾਉਣ ਨਾਲ। ਥੋੜ੍ਹਾ ਜਿਹਾ ਸੀਮੈਂਟ ਤੇਜ਼ ਬਣਾਓ, 2 ਸਰੀਏ 1 ਪਿੱਲਰ 'ਚ ਕਾਫੀ ਹੁੰਦੇ ਨੇ, ਠੀਕ ਹੈ। ਫਿਰ ਮਿਲਦੇ ਅਗਲੀ ਵੀਡੀਓ 'ਚ।